ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਲਾਇਸੈਂਸੀ ਹਥਿਆਰ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਗਨ ਹਾਊਸ ਵਿਖੇ ਜਮ੍ਹਾਂ ਕਰਵਾ ਦੇਣ। ਪਾਲਣਾ ਨਾ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਇਲੈਕਸ਼ਨ ਕਮਿਸ਼ਨ ਮਾਣਯੋਗ ਦੇ ਹਦਾਇਤਾਂ ਦੇ ਮੁਤਾਬਕ ਡੀ ਜੀ ਪੀ ਸਾਹਿਬ ਦੀਆਂ ਹਦਾਇਤਾਂ ਅਤੇ ਮਾਣਯੋਗ ਐਸ ਐਸ ਪੀ ਮੁਕਤਸਰ ਸ਼੍ਰੀ ਤੀਰਥ ਮੀਨਾ ਜੀ ਦੇ ਕਹਿਣ ਦੇ ਹੁਕਮ ਦੇ ਮੁਤਾਬਕ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਆਪਣਾ ਸਬ ਡਿਵੀਜ਼ਨ ਡਿਸਟ੍ਰਿਕਟ ਮੁਕਤਸਰ ਦੇ ਵਿੱਚ ਗਿੱਦੜਵਾ 'ਚ, ਜੋ ਆਪਦੇ ਮਾਧਿਅਮ ਰਾਹੀਂ ਅਸੀਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਫਲੈਗ ਮਾਰਚ ਰਾਹੀਂ ਕਿ ਕਿਸੇ ਨੇ ਡਰਨ ਦੀ ਲੋੜ ਨਹੀਂ। ਜਿਹੜੀ ਇਲੈਕਸ਼ਨ ਆ ਉਹ ਨਿਰਪੱਖ ਅਤੇ ਆਜ਼ਾਦ ਕਰਵਾਈ ਜਾਵੇਗੀ, ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਨੱਤ ਪਾਈ ਜਾਵੇਗੀ। ਇਸ ਕਰਕੇ ਅਸੀਂ ਜਿਹੜੀਆਂ ਵੀ ਸੰਘਣੀਆਂ ਆਬਾਦੀਆਂ ਉਹਨਾਂ ਦੇ ਵਿੱਚ ਅਸੀਂ ਫਲੈਗ ਮਾਰਚ ਰਾਹੀਂ ਚੈਕਿੰਗ ਕਰਾਂਗੇ। ਜੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਨਸ਼ੀਲੀ ਵਸਤੂ ਮਿਲਦੀ ਆ ਉਹਦੇ ਖਿਲਾਫ਼ ਅਸੀਂ ਕਾਰਵਾਈ ਕੀਤੀ ਜਾਵੇਗੀ। ਇੱਕ ਆਪਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਅਸਲਾ ਜਮ੍ਹਾਂ ਨਹੀਂ ਕਰਾਇਆ ਉਹ ਕਿਰਪਾ ਕਰਕੇ ਇੱਕ ਦੋ ਦਿਨਾਂ 'ਚ ਅਸਲਾ ਜਮ੍ਹਾਂ ਕਰਾ ਦੇਣ। ਜੇਕਰ ਨਾ ਕਰਾਇਆ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਲੈਗ ਮਾਰਚ ਕਿੱਥੋਂ ਤੱਕ ਜਾਏਗਾ ਜੀ? ਇਹ ਅਸੀਂ ਇੱਥੋਂ ਭਾਰੂ ਚੌਂਕ ਤੋਂ ਉਸਨਰ ਚੌਂਕ, ਭੱਠੀ ਵਾਲਾ ਚੌਂਕ, ਦੌਲਾ ਪਿੰਡ, ਉਸਨਰ ਪਿੰਡ, ਭਾਰੂ ਪਿੰਡ, ਹੋਰ ਅਲੱਗ ਅਲੱਗ ਜਿਹੜੇ ਪਿੰਡ ਆ ਉਹਨਾਂ 'ਤੇ ਅਸੀਂ ਫਲੈਗ ਮਾਰਚ ਕਰਾਂਗੇ। 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਫਲੈਗ ਮਾਰਚ ਇਹ ਚੱਲੇਗਾ। ਕਦੇ ਤੱਕ ਤਾਂ ਆਈ ਹੋਈ ਫਿਰ ਕੀ ਕਰੋਗੇ?